ਦੋਸਤੋ ਤੁਹਾਨੂੰ ਪਤਾ ਹੈ ਕਿ ਹਰ ਇਗਜ਼ਾਮ ਵਿੱਚ ਜਨਰਲ ਸਾਇੰਸ ਰਿਲੇਟਡ ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਅਤੇ ਜਨਰਲ ਸਾਇੰਸ ਵਿੱਚ ਕਿਹੜੇ ਕਿਹੜੇ ਟੋਪਿਕਾਂ ਵਿੱਚੋਂ ਕੁਐਸਚਨ ਆਉਂਦੇ ਨੇ ਇਸ ਰਿਲੇਟਡ ਵੀਡੀਓ ਮੈਂ ਪਹਿਲਾਂ ਬਣਾ ਚੁੱਕਿਆ ਹਾਂ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਉਹ ਵੀਡੀਓ ਮਿਲ ਜਾਵੇਗੀ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅੱਜ ਆਪਾਂ ਸਿੱਧਾ ਆਪਣਾ ਮੋਟਿਵ ਤੇ ਆਉਂਦੇ ਹਾਂ ਜਨਰਲ ਸਾਇੰਸ ਦਾ ਇੰਪੋਰਟੈਂਟ ਟੋਪਿਕ ਇਨਵਾਇਰਮੈਂਟ ਦੇ ਇੰਪੋਰਟੈਂਟ MCQ ਨੂੰ ਆਪਾਂ ਕਵਰ ਕਰ ਲੈਂਦੇ ਹਾਂ ਕੁਐਸਚਨ ਨੰਬਰ 1 ਦੀ ਗੱਲ ਕਰੀਏ ਦੋਸਤੋ ਜੰਗਲ ਜੀਵ ਸੁਰੱਖਿਆ ਐਕਟ ਕਦੋਂ ਲਾਗੂ ਕੀਤਾ ਗਿਆ ਸੀ ਦੋਸਤੋ 1972 ਵਿੱਚ ਜੰਗਲ ਜੀਵ ਸੁਰੱਖਿਆ ਐਕਟ ਲਾਗੂ ਕੀਤਾ ਗਿਆ ਸੀ ਓਕੇ ਦੋਸਤੋ ਕੁਐਸਚਨ ਨੰਬਰ 2 ਦੀ ਗੱਲ ਕਰੀਏ ਬਹੁਤੇ ਜੈਵ ਵਿਭਿੰਨਤਾ ਕਿੱਥੇ ਪਾਈ ਜਾਂਦੀ ਆ ਸ਼ਾਂਤ ਘਾਟੀ ਜਿਹਨੂੰ ਆਪਾਂ ਸਾਇਲੈਂਟ ਵੈਲੀ ਵੀ ਕਹਿ ਦਿੰਦੇ ਹਾਂ ਕੁਐਸਚਨ ਨੰਬਰ 3 ਦੀ ਗੱਲ ਕਰੀਏ ਸਾਇਲੈਂਟ ਵੈਲੀ ਯਾਨੀ ਸ਼ਾਂਤ ਘਾਟੀ ਕਿੱਥੇ ਆ ਕੇਰਲ ਵਿੱਚ ਆ ਦੋਸਤੋ ਇਹ ਸਾਇਲੈਂਟ ਵੈਲੀ ਕੁਐਸਚਨ ਨੰਬਰ 4 ਦੀ ਗੱਲ ਕਰੀਏ ਦੋਸਤੋ ਜੈਵ ਵਿਭਿੰਨਤਾ ਵਿੱਚ ਤਬਦੀਲੀ ਹੁੰਦੀ ਰਹਿੰਦੀ ਹੈ ਕਿਹੜੇ ਇਲਾਕੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਤਾਂ ਜੈਵ ਵਿਭਿੰਨਤਾ ਦੀ ਤਬਦੀਲੀ ਹੁੰਦੀ ਰਹਿੰਦੀ ਹੈ ਭੂਮਧ ਰੇਖਾ ਵੱਲ ਜਦੋਂ ਆਪਾਂ ਜਾਂਦੇ ਹਾਂ ਤਾਂ ਜੈਵ ਵਿਭਿੰਨਤਾ ਵਿੱਚ ਚੇਂਜਸ ਆਉਂਦੇ ਰਹਿੰਦੇ ਨੇ ਦੋਸਤੋ ਕੁਐਸਚਨ ਨੰਬਰ 5 ਦੀ ਗੱਲ ਕਰੀਏ ਦੋਸਤੋ ਪ੍ਰਕਾਸ਼ ਸੰਸ਼ਲੇਸ਼ਣ ਦਾ ਪਹਿਲਾ ਪੜਾਅ ਕੀ ਹੁੰਦਾ ਹੈ ਦੋਸਤੋ ਜਦੋਂ ਸੂਰਜ ਦੀ ਰੋਸ਼ਨੀ ਪੌਦੇ ਦੇ ਪੱਤਿਆਂ 'ਤੇ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਕਲੋਰੋਫਿਲ ਦੇ ਪਿਗਮੈਂਟ ਹੁੰਦੇ ਨੇ ਜੋ ਕਲੋਰੋਫਿਲ ਦੇ ਪਿਗਮੈਂਟ ਹੁੰਦੇ ਨੇ ਇੱਕ ਇਲੈਕਟ੍ਰੋਨ ਵਿੱਚ ਹਲਚਲ ਹੋ ਜਾਂਦੀ ਹੈ ਮਤਲਬ ਰੋਸ਼ਨੀ ਪੈਂਦੇ ਸਾਰ ਹੀ ਇੱਕ ਕਲੋਰੋਫਿਲ ਦੇ ਇਲੈਕਟ੍ਰੋਨ ਵਿੱਚ ਹਲਚਲ ਹੋਣਾ ਸਟਾਰਟ ਹੋ ਜਾਂਦੀ ਹੈ ਕੁਐਸਚਨ ਨੰਬਰ 6 ਦੀ ਗੱਲ ਕਰੀਏ ਦੋਸਤੋ ਕਿਹੜੀ ਪ੍ਰਤੀਕਿਰਿਆਵਾਂ ਦੇ ਕਾਰਨ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਿੱਚ ਫਾਸਗੋਲਾਈਸਰਾਈਡ ਵਿੱਚ ਬਦਲ ਜਾਂਦੀ ਹੈ ਦੋਸਤੋ ਅਵਕਰਨ ਕਿਰਿਆ ਥਰੂ ਜੋ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਫਾਸਫੋਗਲਿਸਰਾਈਡ ਵਿੱਚ ਬਦਲ ਜਾਂਦੀ ਹੈ ਕੁਐਸਚਨ ਨੰਬਰ 7 ਦੀ ਗੱਲ ਕਰੀਏ ਦੋਸਤੋ 2019 ਦੇ ਜਲਵਾਯੂ ਪਰਿਵਰਤਨ ਪ੍ਰਦੂਸ਼ਣ ਸੂਚਕ ਵਿੱਚ ਭਾਰਤ ਦਾ ਦਰਜਾ ਕੀ ਹੈ ਦੋਸਤੋ ਇਸ ਦੀ ਸ਼ੋਰਟ ਫੋਰਮ CCPI ਵੀ ਕਹਿ ਦਿੰਦੇ ਨੇ ਇਸ ਨੂੰ ਤਾਂ 2019 ਵਿੱਚ ਭਾਰਤ ਦੀ ਜਿਹੜੀ ਜਲਵਾਯੂ ਪਰਿਵਰਤਨ ਦਾ ਜਿਹੜਾ ਸੂਚਕ ਸੀ ਉਹ 9th ਨੰਬਰ 'ਤੇ ਸੀ ਹੁਣ ਤੁਸੀਂ ਕਰਨਾ ਕੀ ਹੈ 2020 ਅਤੇ 2021 ਦਾ ਤੁਸੀਂ ਫਾਇੰਡ ਕਰਨਾ ਅਤੇ ਵੀਡੀਓ ਵਿੱਚ ਕਮੈਂਟ ਕਰ ਦੇਣਾ ਫਾਇੰਡ ਕਿਵੇਂ ਕਰਨਾ ਦੋਸਤੋ ਗੂਗਲ 'ਤੇ ਤੁਸੀਂ ਸਰਚ ਮਾਰੋਗੇ ਇੰਡੀਆ ਕਲਾਈਮੇਟ ਚੇਂਜਸ ਇੰਡੈਕਸ ਨੰਬਰ ਇਨ 2020 ਅਤੇ 2021 ਕੁਐਸਚਨ ਨੰਬਰ 8 ਦੀ ਗੱਲ ਕਰੀਏ ਦੋਸਤੋ ਕਿਓਟੋ ਪ੍ਰੋਟੋਕਾਲ ਕਿਸ ਨਾਲ ਸੰਬੰਧਿਤ ਹੈ ਦੋਸਤੋ ਗ੍ਰੀਨ ਹਾਊਸ ਪ੍ਰਭਾਵ ਨੂੰ ਘਟਾਉਣ ਲਈ ਕਿਓਟੋ ਪ੍ਰੋਟੋਕਾਲ ਦੀ ਇੱਕ ਮੀਟਿੰਗ ਹੋਈ ਸੀ ਦੋਸਤੋ ਸਾਰੇ ਆਪਣੇ ਦੇਸ਼ ਨੇ ਜਿਹੜੇ ਵੀ ਇਹ ਜਪਾਨ ਦਾ ਇੱਕ ਦੇਸ਼ ਹੈ ਕਿਓਟੋ ਤਾਂ ਕਰਕੇ ਇਸਦਾ ਨਾਮ ਕਿਓਟੋ ਪ੍ਰੋਟੋਕਾਲ ਰੱਖ ਦਿੱਤਾ ਗਿਆ ਤਾਂ ਕਿਓਟੋ ਵਿੱਚ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਗ੍ਰੀਨ ਹਾਊਸ ਪ੍ਰਭਾਵ ਨੂੰ ਘਟਾਉਣ ਬਾਰੇ ਡਿਸਕਸ ਚੱਲੀ ਸੀ ਓਕੇ ਦੋਸਤੋ ਕੁਐਸਚਨ ਨੰਬਰ 9 ਦੀ ਗੱਲ ਕਰੀਏ ਧਰਤੀ ਦੇ ਵਾਯੂਮੰਡਲ ਓਜ਼ੋਨ ਪਰਤ ਜੀਵਿਤ ਜੀਵਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਅਲਟਰਾਵਾਇਲਟ ਕਿਰਨਾਂ ਦੇ ਦਾਖਲ ਹੋਣ ਤੋਂ ਰੋਕਦੀ ਹੈ ਕਿਉਂਕਿ ਜੇ ਇਹ ਕਿਰਨ ਆਪਣੇ ਵਾਯੂਮੰਡਲ ਵਿੱਚ ਦਾਖਲ ਹੋ ਜਾਣਗੀਆਂ ਤਾਂ ਕਾਫ਼ੀ ਡਿਸੀਜ਼ ਯਾਨੀ ਕਾਫ਼ੀ ਬਿਮਾਰੀਆਂ ਹੋ ਸਕਦੀਆਂ ਨੇ ਸਕਿਨ ਕੈਂਸਰ ਹੋ ਸਕਦਾ ਹੈ ਅਤੇ ਜੀਵਿਤ ਜੀਵਾਂ ਲਈ ਕਾਫ਼ੀ ਪ੍ਰੋਬਲਮ ਕ੍ਰੀਏਟ ਕਰ ਸਕਦੀ ਹੈ ਤਾਂ ਕੁਐਸਚਨ ਨੰਬਰ 10 ਦੀ ਗੱਲ ਕਰੀਏ ਦੋਸਤੋ ਐਸਿਡ ਬਾਰਿਸ਼ ਵਾਤਾਵਰਣ ਦੇ ਪ੍ਰਦੂਸ਼ਣ ਦੇ ਕਾਰਨ ਹੁੰਦੀ ਹੈ ਐਸਿਡ ਮਤਲਬ ਅਮਲੀ ਬਾਰਿਸ਼ ਕਹਿ ਦਿੰਦੇ ਹਾਂ ਅਮਲੀ ਮੀਂਹ ਕਹਿ ਦਿੰਦੇ ਆਪਾਂ ਪੰਜਾਬੀ 'ਚ ਤਾਂ ਇਹ ਨਾਈਟ੍ਰਾਈਸ ਆਕਸਾਈਡ ਅਤੇ ਸਲਫਰ ਆਕਸਾਈਡ ਕਰਕੇ ਹੁੰਦੀ ਹੈ ਕੁਐਸਚਨ ਨੰਬਰ 11 ਦੀ ਗੱਲ ਕਰੀਏ ਹੇਠ ਲਿਖਿਆਂ ਵਿੱਚ ਕਿਹੜੇ ਪੌਦੇ ਦੇ ਪੱਤੇ ਰੇਸ਼ਮ ਦੇ ਕੀੜਿਆਂ ਦੇ ਪਾਲਣ ਲਈ ਨਹੀਂ ਵਰਤੇ ਜਾਂਦੇ ਕੁਐਸਚਨ ਨੰਬਰ 11 ਦੋਸਤੋ ਇਹਨਾਂ ਨੇ ਪੁੱਛਿਆ ਕਿਹੜੇ ਪੌਦੇ ਦੇ ਪੱਤੇ ਰੇਸ਼ਮ ਦੇ ਕੀੜਿਆਂ ਦੇ ਪਾਲਣ ਲਈ ਨਹੀਂ ਵਰਤੇ ਜਾਂਦੇ ਤਾਂ ਇੱਥੇ ਆਪਾਂ ਨੋਟ ਕਰ ਲਓ ਮੈਲਬਰੀ ਜਿਹੜਾ ਸ਼ਹਿਤੂਤ ਹੁੰਦਾ ਹੈ ਇਹ ਸਭ ਤੋਂ ਜ਼ਿਆਦਾ ਰੇਸ਼ਮ ਦੇ ਕੀੜਿਆਂ ਲਈ ਮਤਲਬ ਕਿ ਉਤਪਾਦਨ ਲਈ ਵਰਤਿਆ ਜਾਂਦਾ ਹੈ ਉਸ ਤੋਂ ਘੱਟ ਜੋ ਕੈਸਟਰ ਹੁੰਦਾ ਹੈ ਇਹ ਵੀ ਰੇਸ਼ਮ ਦੇ ਕੀੜਿਆਂ ਵਾਸਤੇ ਜੋ ਰੇਸ਼ਮ ਉਤਪੰਨ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ ਅਤੇ ਯੂਕ ਵੀ ਥੋੜ੍ਹਾ ਬਹੁਤ ਜੋ ਕਿ ਰੇਸ਼ਮ ਦੇ ਕੀੜਿਆਂ ਦੇ ਪਾਲਣ ਲਈ ਯੂਜ਼ ਕੀਤਾ ਜਾਂਦਾ ਪਰ ਟੀਕ ਯਾਨੀ ਕਿ ਸਾਗ ਦਾ ਪੌਦਾ ਆਪਾਂ ਕਦੇ ਵੀ ਸੁਣਿਆ ਨਹੀਂ ਕਿ ਹਾਂ ਰੇਸ਼ਮ ਦੇ ਕੀੜੇ ਵਾਸਤੇ ਹੀ ਯੂਜ਼ ਕੀਤਾ ਜਾਂਦਾ ਤਾਂ ਇਹਨਾਂ ਵਿੱਚੋਂ ਨਹੀਂ ਵਰਤਿਆ ਜਾਂਦਾ ਜਿਹੜਾ ਉਹ ਟੀਕ ਯਾਨੀ ਸਾਗ ਦਾ ਪੌਦਾ ਹੋ ਜਾਵੇਗਾ ਕੁਐਸਚਨ ਨੰਬਰ 12th ਦੀ ਗੱਲ ਕਰੀਏ ਦੋਸਤੋ ਕਿਸ ਖੇਤਰ ਵਿੱਚ ਕੋਰਲ ਲੀਫ ਯਾਨੀ ਪਰਵਲ ਭਿੱਤੀ ਮਿਲਦੇ ਹਨ ਤਾਂ ਮਨਾਰ ਦੀ ਖਾੜੀ ਵਿੱਚ ਕੋਰਲ ਲੀਫ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਅਤੇ ਕੱਚ ਦੀ ਖਾੜੀ ਵਿੱਚ ਅਤੇ ਇਸ ਤੋਂ ਇਲਾਵਾ ਲਕਸ਼ਦੀਪ ਅਤੇ ਮਨਕਿਆ ਆਈਲੈਂਡ ਵਿੱਚ ਆਪਾਂ ਨੂੰ ਕੋਰਲ ਲੀਫ ਯਾਨੀ ਪਰਵਲ ਭਿੱਤੀ ਦੇਖਣ ਨੂੰ ਮਿਲਦੇ ਨੇ ਕੁਐਸਚਨ ਨੰਬਰ 13 ਦੀ ਗੱਲ ਕਰੀਏ ਦੋਸਤੋ ਮਹਾਨ ਬੈਰੀਅਰ ਰੀਫ ਯਾਨੀ ਗ੍ਰੇਟ ਬੈਰੀਅਰ ਰੀਫ ਕਿਸ ਖੇਤਰ ਵਿੱਚ ਮਿਲਦੇ ਨੇ ਤਾਂ ਆਸਟ੍ਰੇਲੀਆ ਦਾ ਪੂਰਬੀ ਹਿੱਸਾ ਵਿੱਚ ਦੋਸਤੋ ਕੁਈਨਜ਼ਲੈਂਡ ਨਾਮਕ ਇੱਕ ਏਰੀਆ ਉੱਥੇ ਮਹਾਨ ਬੈਰੀਅਰ ਰੀਫ ਯਾਨੀ ਗ੍ਰੇਟ ਬੈਰੀਅਰ ਰੀਫ ਆਪਣੇ ਉਸ ਖੇਤਰ ਵਿੱਚ ਮਿਲਦੇ ਨੇ ਕੁਐਸਚਨ ਨੰਬਰ 14 ਦੀ ਗੱਲ ਕਰੀਏ ਦੋਸਤੋ ਜਿੱਥੇ ਜੀਵ ਰਹਿੰਦਾ ਹੈ ਸਹੀ ਜਗ੍ਹਾ ਨੂੰ ਕੀ ਕਿਹਾ ਜਾਂਦਾ ਮਤਲਬ ਉਸ ਜਗ੍ਹਾ ਨੂੰ ਸਹੀ ਕੀ ਕਿਹਾ ਜਾਂਦਾ
ਜਿੱਥੇ ਜੀਵਿਤ ਜੀਵ ਰਹਿੰਦਾ ਹੈ ਉਸਨੂੰ ਆਵਾਸ ਜਾਂ ਹੈਬੀਟੇਟ ਕਹਿ ਦਿੰਦੇ ਆ। ਆਪਸ਼ਨ ਵਿੱਚ ਤੁਹਾਨੂੰ ਸਿੱਧਾ ਆਵਾਸ ਲਿਖਿਆ ਵੀ ਆ ਸਕਦਾ ਜਾਂ ਹੈਬੀਟੇਟ ਵੀ ਲਿਖਿਆ ਆ ਸਕਦਾ ਹੈ, ਦੋਨਾਂ ਵਿੱਚ ਆਪਾਂ ਕੋਈ ਵੀ ਚੂਜ਼ ਕਰ ਸਕਦੇ ਹਾਂ। ਓਕੇ ਦੋਸਤੋ, ਕੁਐਸਚਨ ਨੰਬਰ 15 ਦੀ ਗੱਲ ਕਰੀਏ, ਇਲੈਕਟ੍ਰੋਸਟੇਟਿਕ ਪ੍ਰੀਸੀਟੇਟਰ ਕਿਸ ਨੂੰ ਨਿਯੰਤਰਣ ਕਰਨ ਲਈ ਵਰਤਿਆ ਜਾਂਦਾ ਹੈ? ਹਵਾ ਪ੍ਰਦੂਸ਼ਣ ਨੂੰ ਦੋਸਤੋ, ਜਦੋਂ ਬੜੀ ਬੜੀ ਆਹ ਕੰਪਨੀਆਂ ਨੇ ਜੋ ਵੀ ਇਹਨਾਂ ਦੀ ਚਿਮਨੀਆਂ ਵਗੈਰਾ ਚੱਲਦੀਆਂ ਨੇ, ਤਾਂ ਇਹਨਾਂ ਉੱਪਰ ਇਲੈਕਟ੍ਰੋਸਟੇਟਿਕ ਪ੍ਰੀਸੀਟੇਟਰ ਲਗਾ ਦਿੱਤਾ ਜਾਂਦਾ ਤਾਂ ਕਿ ਜੋ ਫਿਲਟਰ ਹੋ ਸਕੇ ਹਵਾ ਅਤੇ ਪ੍ਰਦੂਸ਼ਣ ਘੱਟ ਹੋ ਸਕੇ, ਤਾਂ ਕਰਕੇ ਇਹ ਹਵਾ ਪ੍ਰਦੂਸ਼ਣ ਲਈ ਵਰਤਿਆ ਜਾਂਦਾ ਹੈ। ਅਤੇ ਕੁਐਸਚਨ ਨੰਬਰ 16 ਦੀ ਗੱਲ ਕਰੀਏ, ਪਰੰਪਰਾਗਤ ਊਰਜਾ ਯਾਨੀ ਕਨਵੈਨਸ਼ਨ ਸੋਰਸ ਦੇ ਸੋਰਸ ਦਾ ਹੋਰ ਨਾਮ ਕੀ ਹੈ? ਜੋ ਪਰੰਪਰਾਗਤ ਊਰਜਾ ਦੇ ਸੋਰਸ ਹਨ ਉਸਦਾ ਹੋਰ ਨਾਮ ਕੀ ਹੈ? ਤਾਂ ਗੈਰ ਨਵਿਆਉਣ ਯੋਗ ਊਰਜਾ ਦੇ ਸੋਰਸ ਨੂੰ ਕਹਿ ਦਿੰਦੇ ਨੇ। ਐਗਜ਼ਾਮ ਵਿੱਚ ਕੁਐਸਚਨ ਤੁਹਾਨੂੰ ਸਿੱਧਾ ਕਨਵੈਨਸ਼ਨ ਸੋਰਸ ਦਾ ਦੂਜਾ ਨਾਮ ਵੀ ਪੁੱਛ ਸਕਦੇ ਨੇ ਜਾਂ ਪਰੰਪਰਾਗਤ ਊਰਜਾ ਦਾ ਦੂਜਾ ਨਾਮ ਕੀ ਹੈ ਐਵੇਂ ਵੀ ਪੁੱਛ ਸਕਦੇ ਨੇ। ਯਾਦ ਰੱਖਣਾ ਦੋਸਤੋ, ਕੁਐਸਚਨ ਨੰਬਰ 17 ਦੀ ਗੱਲ ਕਰੀਏ, ਹੇਠ ਲਿਖਿਆਂ ਵਿੱਚ ਕਿਹੜਾ ਪ੍ਰਦੂਸ਼ਕ ਪ੍ਰਕਾਸ਼ ਰਸਾਇਣਿਕ ਧੂੰਆਂ ਦਾ ਵੱਡਾ ਕਾਰਨ ਹੈ? ਦੋਸਤੋ, ਨਾਈਟ੍ਰੋਜਨ ਡਾਈਆਕਸਾਈਡ ਪ੍ਰਦੂਸ਼ਕ ਹੈ ਇਹ ਪ੍ਰਕਾਸ਼ ਰਸਾਇਣਿਕ ਧੂੰਆਂ ਲਈ ਵੱਡਾ ਕਾਰਨ ਹੈ। ਕੁਐਸਚਨ ਨੰਬਰ 18 ਦੀ ਗੱਲ ਕਰੀਏ ਦੋਸਤੋ, ਊਰਜਾ ਦਾ ਇੱਕ ਨਵੀਨਕਰਨ ਸੋਰਤ ਕਿਹੜਾ ਹੈ? ਸੂਰਜੀ ਊਰਜਾ ਦੋਸਤੋ, ਆਪਾਂ ਇਹ ਕਿਉਂਕਿ ਖਤਮ ਨਹੀਂ ਹੁੰਦੀ ਤਾਂ ਕਰਕੇ ਆਪਾਂ ਇਸ ਨੂੰ ਨਵੀਨਕਰਨ ਸੋਰਤ ਕਹਿ ਦਿੰਦੇ ਹਾਂ। ਕੁਐਸਚਨ ਨੰਬਰ 19 ਦੀ ਗੱਲ ਕਰੀਏ, ਅਰਬੀ ਦਾ ਕੀ ਹੈ? ਦੋਸਤੋ, ਅਰਬੀ ਦਾ ਇੱਕ ਕੇਰਲ ਵਰਡ ਹੈ ਇਹ, ਅਤੇ ਇਹ ਅਰਬੀ ਦਾ ਇਸ ਨੂੰ ਕਹਿੰਦੇ ਨੇ ਜੈਤੂਨ ਦੇ ਰਿਡਲੀ ਦੇ ਆਲਣੇ, ਇੱਕ ਪੰਛੀ ਹੈ ਰਿਡਲੀ ਇਹਨਾਂ ਦਾ, ਅਤੇ ਉਸਦੇ ਆਲਣੇ ਦਾ ਅਧਿਐਨ ਕਰਦੇ ਨੇ ਤਾਂ ਉਸ ਅਧਿਐਨ ਨੂੰ ਅਰਬੀ ਦਾ ਇਹ ਕਹਿ ਦਿੰਦੇ ਨੇ। ਕੁਐਸਚਨ ਨੰਬਰ 20 ਦੀ ਗੱਲ ਕਰੀਏ ਦੋਸਤੋ, ਧਰਤੀ ਉੱਤੇ ਕਿੰਨਾ ਪ੍ਰਤੀਸ਼ਤ ਤਾਜ਼ਾ ਪਾਣੀ ਉਪਲਬਧ ਹੈ? 0.3% ਜੋ ਤਾਜ਼ਾ ਪਾਣੀ ਆਪਣੀ ਧਰਤੀ ਉੱਤੇ ਉਪਲਬਧ ਹੈ। 21 ਦੀ ਗੱਲ ਕਰੀਏ, ਹੇਠ ਲਿਖਿਆਂ ਵਿੱਚ ਕਿਹੜਾ ਪਾਣੀ ਨਿਕਾਸ ਵਿੱਚ ਪ੍ਰਦੂਸ਼ਿਤ ਹੋਣ ਦਾ ਯੋਗਦਾਨ ਨਹੀਂ ਪਾਉਂਦਾ? ਜੋ ਪਾਣੀ ਨੂੰ ਮਤਲਬ ਕਿ ਗੰਦਾ ਕਰਦਾ ਹੈ, ਇਹਨਾਂ ਵਿੱਚੋਂ ਕਿਹੜਾ ਤੱਤਵ ਹੈ ਉਹ ਜੋ ਪ੍ਰਦੂਸ਼ਿਤ ਨਹੀਂ ਕਰਦਾ? ਤਾਂ ਇਹਨਾਂ ਚਾਰੋਂ ਵਿੱਚ ਓਜ਼ੋਨ ਹੈ ਇੱਕ ਜੋ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਕਰਦਾ, ਬਾਕੀ ਭਾਰੀ ਤੱਤੂ ਵੀ ਜੋ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ, ਮਾਈਕਰੋਪਲਾਸਟਿਕ ਵੀ ਅਤੇ ਕੀਟਨਾਸ਼ਕ ਵੀ। ਕੁਐਸਚਨ ਨੰਬਰ 20 ਦੀ ਗੱਲ ਕਰੀਏ ਦੋਸਤੋ, ਹੇਠ ਲਿਖਿਆਂ ਵਿੱਚ ਕਿਹੜਾ ਗ੍ਰੀਨ ਹਾਊਸ ਗੈਸ ਨਹੀਂ ਹੈ? ਤਾਂ ਇਹਨਾਂ ਵਿੱਚੋਂ ਕਾਰਬਨ ਮੋਨੋਡਾਈਆਕਸਾਈਡ ਜੋ। ਕੁਐਸਚਨ ਨੰਬਰ 23 ਦੀ ਗੱਲ ਕਰੀਏ ਦੋਸਤੋ, ਡੈਸ਼ ਗੈਸ ਓਜ਼ੋਨ ਪਰਤ ਨੂੰ ਖਤਮ ਕਰ ਦਿੰਦੀ ਹੈ, ਤਾਂ ਕਲੋਰੋਫਲੋਰੋ ਕਾਰਬਨ ਗੈਸ ਹੈ ਜੋ ਓਜ਼ੋਨ ਪਰਤ ਵਾਸਤੇ ਕਾਫੀ ਹਾਨੀਕਾਰਕ ਹੈ। ਕੁਐਸਚਨ ਨੰਬਰ 24 ਦੀ ਗੱਲ ਕਰੀਏ, UN ਰੈੱਡ ਮਿਸ਼ਨ ਕਿਸ ਨਾਲ ਸੰਬੰਧਿਤ ਹੈ? ਦੋਸਤੋ, ਜੰਗਲਾਂ ਦੀ ਕਟਾਈ ਅਤੇ ਅਮਨ ਨੂੰ ਘਟਾਉਣ ਰਿਲੇਟਡ UN ਰੈੱਡ ਮਿਸ਼ਨ ਸੰਬੰਧਿਤ ਹੈ। ਕੁਐਸਚਨ ਨੰਬਰ 25 ਦੀ ਗੱਲ ਕਰੀਏ ਦੋਸਤੋ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੜੇ ਸ਼ਹਿਰ ਵਿੱਚ 3 ਦਿਨਾਂ ਦਾ ਰਾਸ਼ਟਰੀ ਵਪਾਰ ਸੰਮੇਲਨ ਦਾ ਉਦਘਾਟਨ ਕੀਤਾ ਸੀ? ਕਿਹੜੇ ਸ਼ਹਿਰ ਵਿੱਚ? ਨਿਊ ਦਿੱਲੀ ਵਿੱਚ ਕੇਂਦਰੀ ਰੱਖਿਆ ਮੰਤਰੀ ਨੇ ਰਾਸ਼ਟਰੀ ਵਪਾਰ ਸੰਮੇਲਨ ਦਾ ਉਦਘਾਟਨ ਕੀਤਾ ਸੀ। ਅਤੇ ਕੁਐਸਚਨ ਨੰਬਰ 26 ਦੀ ਗੱਲ ਕਰੀਏ, ਉਬਰ ਦੋਸਤੋ ਨਾਮ ਤੁਸੀਂ ਸੁਣਿਆ ਹੋਵੇਗਾ, ਉਬਰ ਅਤੇ ਓਲਾ ਇਹ ਟੈਕਸੀ ਕੰਪਨੀ ਇੱਕ ਟੈਕਸੀ ਕੰਪਨੀ ਮਤਲਬ ਟੈਕਸੀ ਪ੍ਰੋਵਾਈਡ ਕਰਵਾਉਂਦੀਆਂ ਨੇ, ਅਤੇ ਇਹਨਾਂ ਨੇ ਇੱਕ ਸਮਝੌਤੇ ਦੇ ਦਸਤਖਤ ਕੀਤੇ ਹਨ, ਅਤੇ ਜਿਸ ਨਾਲ ਵਾਹਨ ਕੰਪਨੀ ਨੇ ਇਲੈਕਟ੍ਰੋਨਿਕ ਟੈਕਸੀਆਂ ਦੇ ਵਿਕਸਿਤ ਕਰਨ ਲਈ ਨਿਰਦੇਸ਼ ਦਿੱਤੇ ਹਨ। ਮਤਲਬ ਉਬਰ ਕੰਪਨੀ ਨੇ ਕਿਹੜੀ ਕੰਪਨੀ ਨਾਲ ਸਮਝੌਤਾ ਕੀਤਾ ਹੈ ਕਿ ਉਹ ਉਹਨਾਂ ਨੂੰ ਇਲੈਕਟ੍ਰੋਨਿਕ ਟੈਕਸੀਆਂ ਪ੍ਰੋਵਾਈਡ ਕਰਵਾਉਣਾ? ਹੁੰਡਾਈ ਕੰਪਨੀ ਨਾਲ ਉਬਰ ਦਾ ਇਹ ਸਮਝੌਤਾ ਹੋ ਚੁੱਕਾ ਹੈ। ਇਸਦਾ ਪੂਰਾ ਨਾਮ ਇੰਡੀਅਨ ਡਾਟਾ ਰਿਲੇ ਸੈਟੇਲਾਈਟ ਸਿਸਟਮ ਹੈ। ਕੁਐਸਚਨ ਨੰਬਰ 28 ਦੀ ਗੱਲ ਕਰੀਏ ਦੋਸਤੋ, ਭਾਰਤ ਸਰਕਾਰ ਨੇ ਕਿੰਨੇ ਰਾਜਾਂ ਲਈ 5,908 ਕਰੋੜ ਰੁਪਏ ਤਬਾਹੀ ਫੰਡ ਦੀ ਮਨਜ਼ੂਰੀ ਦਿੱਤੀ ਹੈ? ਦੋਸਤੋ, 7 ਸਟੇਟ ਯਾਨੀ 7 ਰਾਜਾਂ ਲਈ ਇਹ ਇੰਨੀ ਵੱਡੀ ਰਕਮ ਤਬਾਹੀ ਰਾਹਤ ਫੰਡ ਲਈ ਮਨਜ਼ੂਰੀ ਦਿੱਤੀ ਹੈ। ਤਾਂ ਦੋਸਤੋ, ਇਹ ਤੁਸੀਂ ਮੈਨੂੰ ਦੱਸੋਗੇ ਕਮੈਂਟ ਵਿੱਚ ਕਿ ਕਿੰਨੇ ਕਿਹੜੇ ਕਿਹੜੇ ਰਾਜ ਨੇ ਜਿਨ੍ਹਾਂ ਵਾਸਤੇ ਤਬਾਹੀ ਫੰਡ ਦੀ ਇੰਨੀ ਵੱਡੀ ਰਕਮ ਜਾਰੀ ਕਰ ਦਿੱਤੀ ਗਈ ਹੈ। ਕੁਐਸਚਨ ਨੰਬਰ 29 ਦੀ ਗੱਲ ਕਰੀਏ ਦੋਸਤੋ, ਤਬਾਹੀ ਪ੍ਰਬੰਧਨ ਐਕਟ ਕਦੋਂ ਸ਼ੁਰੂ ਕੀਤਾ ਗਿਆ ਸੀ? 2005 ਵਿੱਚ ਤਬਾਹੀ ਪ੍ਰਬੰਧਨ ਐਕਟ ਸ਼ੁਰੂ ਕੀਤਾ ਗਿਆ ਸੀ। ਅਤੇ ਭਾਰਤ ਦੀ ਖੰਡ ਦੀ ਮਾਤਰਾ ਦੇ ਬਾਰੇ ICMR ਦੇ ਇੱਕ ਰਿਪੋਰਟ ਦੇ ਅਨੁਸਾਰ ਕਿਹੜੇ ਸ਼ਹਿਰ ਵਿੱਚ ਖੰਡ ਦਾ ਯੂਸੇਜ ਮਤਲਬ ਖੰਡ ਦੀ ਸਭ ਤੋਂ ਵੱਧ ਯੂਜ ਹੁੰਦਾ ਹੈ? ਤਾਂ ਮੁੰਬਈ ਵਿੱਚ ਸਭ ਤੋਂ ਜ਼ਿਆਦਾ ਖੰਡ ਦੀ ਮਾਤਰਾ ਪਾਈ ਜਾਂਦੀ ਹੈ, ਅਤੇ ਸੈਕਿੰਡ ਨੰਬਰ 'ਤੇ ਪੁੱਛਿਆ ਜਾਵੇ ਤਾਂ ਅਹਿਮਦਾਬਾਦ ਵਿੱਚ ਖੰਡ ਦੀ ਮਾਤਰਾ ਦੂਜੇ ਨੰਬਰ ਦੀ ਸਭ ਤੋਂ ਜ਼ਿਆਦਾ ਮਿਲਦੀ ਹੈ। ਦੋਸਤੋ, ਅੱਗੇ ਜਾਣ ਤੋਂ ਪਹਿਲਾਂ ਇੱਕ ਇਨਫੋਰਮੇਸ਼ਨ ਹੋਰ ਤੁਹਾਡੇ ਲਈ, ਜੇ ਤੁਸੀਂ ਕਲਚਰ ਆਫ ਇੰਡੀਆ ਐਂਡ ਪੰਜਾਬ ਅਤੇ ਪੋਲਟਰੀ ਅਤੇ ਜਨਰਲ ਸਾਇੰਸ ਦੇ ਇੰਪੋਰਟੈਂਟ ਕੁਐਸਚਨਾਂ ਦੀ PDF ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ ਜਾਂ ਪਰਚੇਜ਼ ਕਰਨਾ ਚਾਹੁੰਦੇ ਹੋ, ਤਾਂ ਇਹ ਮੇਰਾ ਇੰਸਟਾਗ੍ਰਾਮ ID ਨੰਬਰ ਹੈ, ਇਸ 'ਤੇ ਮੇਰੇ ਨਾਲ ਗੱਲ ਕਰਕੇ ਤੁਸੀਂ ਉਹ ਬਾਏ ਕਰ ਸਕਦੇ ਹੋ।
इस पीडीएफ फाइल विच प्रीवियस एग्जाम विच पूछे सारे क्वेश्चंस इंक्लूड किए गए ने, इसलिए पंजाब विच आने वाले हर एग्जाम लिए इंपोर्टेंट हो जाती है। ओके दोस्तों, इस जनरल साइंस के कुछ इंपोर्टेंट क्वेश्चंस ते नेक्स्ट पार्ट इसका मैं कल 9 बजे अपने चैनल पर अपलोड कराँगा। अगर इस तरह की बेनीफिशियल वीडियो पाने लिए साडा चैनल सबसक्राइब कर लो, जो वीडियो बेनीफिशियल लगती है तो वीडियो को लाइक कर दो, शेयर भी कर दो, एक प्यारा जहा कमेंट भी जरूर कर दो।